ਸਤਿ ਸ਼੍ਰੀ ਅਕਾਲ ਨਮਸਤੇ ਮੈਂ ਹਰਜੀਤ ਕੌਰ ਤੁਹਾਡੇ ਸਾਹਮਣੇ ਮੂੰਗੀ ਧੋਤੀ ਦਾਲ ਦੀ ਰੈਸਪੀ ਵਾਸਤੇ ਕੀ ਕੀ ਸਮੱਗਰੀ ਚਾਹੀਦੀ ਹੈ ਉਹ ਬਣਾਉਣ ਵਾਸਤੇ ਰੱਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਮੂੰਗੀ ਧੋਤੀ ਦਾਲ ਦੀ ਜਿਹੜੇ ਇੱਕ ਲਾਲ 'ਚ ਅਤੇ ਯੈਲੋ ਵਿੱਚ ਹੁੰਦੀ ਹੈ ਇਹ ਛੋਟੀਆਂ ਕਟੋਰੀਆਂ ਦੋ ਨੇ ਅਤੇ ਅਸੀਂ ਇਹਨੂੰ ਧੋ ਕੇ ਤਿਆਰ ਕਰ ਲਵਾਂਗੇ। ਮੂੰਗੀ ਧੋਤੀ ਦਾਲ ਵਾਸਤੇ ਜਿਹੜੀ ਚੀਜ਼ ਤਿਆਰ ਕੀਤੀ ਹੈ ਕੁਛ ਅਸੀਂ ਧਨੀਏ ਦੇ ਪੱਤੇ ਹੈ ਜਿਨ੍ਹਾਂ ਨੂੰ ਅਸੀਂ ਸੈਪਰੇਟ ਸੈਪਰੇਟ ਕਰ ਲਿਆ ਕਿਉਂਕਿ ਧਨੀਆ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਹਰੀ ਸਬਜ਼ੀ ਹੈ ਅੱਜ ਕੱਲ੍ਹ ਦੇ ਯੁੱਗ ਵਿੱਚ ਸਾਨੂੰ ਹਰੀ ਸਬਜ਼ੀ ਦੀ ਬਹੁਤ ਲੋੜ ਹੁੰਦੀ ਹੈ। ਦੋ ਛੋਟੇ ਟਮਾਟਰ ਨੇ, ਦੋ ਛੋਟੇ ਪਿਆਜ਼ ਹੈ, ਚਾਰ ਮਿਰਚਾਂ ਨੇ ਹਰੀਆਂ ਅਤੇ ਥੋੜ੍ਹੀ ਜਿਹੀ ਲਸਣ ਅਤੇ ਨਾਲ ਅਦਰਕ ਹੈ ਜਿਹੜੀ ਕਿ ਸਾਡੀ ਸਬਜ਼ੀ ਨੂੰ ਹੋਰ ਟੇਸਟੀ ਬਣਾਏਗੀ। ਨਾਲੇ ਅੱਜ ਕੱਲ੍ਹ ਜਿਵੇਂ ਸਰਦੀ ਦੀ ਰੁੱਤ ਹੈ ਉਹਦੇ ਵਿੱਚ ਇਹੋ ਜਿਹੀ ਚੀਜ਼ਾਂ ਬਹੁਤ ਕੰਮ ਆਉਂਦੀਆਂ ਨੇ ਅਤੇ ਜਿਹੜੇ ਸਾਡੇ ਸੁੱਕੇ ਮਸਾਲੇ ਨੇ ਮੈਂ ਧਨੀਆ ਦਿੱਤਾ ਹੈ, ਜੀਰਾ ਦਿੱਤਾ ਹੈ ਅਤੇ ਸਰਸੋਂ ਦਾ ਤੇਲ ਹੈ, ਨਾਲੇ ਹਲਦੀ ਹੈ, ਧਨੀਆ ਪਾਊਡਰ ਹੈ, ਕਾਲੀ ਮਿਰਚ ਹੈ, ਨਮਕ ਹੈ, ਲਾਲ ਮਿਰਚ ਹੈ ਅਤੇ ਗਰਮ ਮਸਾਲਾ ਹੈ। ਅਸੀਂ ਹੁਣ ਬਣਾਉਣੀ ਸ਼ੁਰੂ ਕਰਨ ਲੱਗੇ ਹਾਂ ਦਾਲ। ਅਤੇ ਤੁਸੀਂ ਪਹਿਲਾਂ ਦੇਖਿਆ ਸਭ ਤੋਂ ਪਹਿਲਾਂ ਕੁਛ ਲੋਕ ਕੀ ਕਰਦੇ ਨੇ ਕਿ ਮੂੰਗੀ ਧੋਤੀ ਨੂੰ ਉਬਾਲ ਕਰਕੇ ਫਿਰ ਤੜਕਾ ਲਾਉਂਦੇ ਨੇ ਅਤੇ ਮੈਂ ਪਹਿਲਾਂ ਤੜਕਾ ਲਾਉਣ ਲੱਗੀ ਹਾਂ। ਅਸੀਂ ਕੜਛੀ ਲਵਾਂਗੇ, ਸਰਸੋਂ ਦਾ ਤੇਲ ਮੈਂ ਲੈਂਦੀ ਹਾਂ ਕਿਉਂਕਿ ਅੱਜ ਕੱਲ੍ਹ ਦੇ ਵਿੱਚ ਸਰਸੋਂ ਦਾ ਤੇਲ ਇਜ਼ ਬੈਟਰ। ਹੁਣ ਇਹਨੂੰ ਇਹਦੇ 'ਚ ਧੂੰ ਆਏਗਾ ਤਾਂ ਕਲਰ ਚੇਂਜ ਹੋ ਜਾਏਗਾ ਅਤੇ ਅਸੀਂ ਉਦੋਂ ਇਹਦੇ ਵਿੱਚ ਜੀਰਾ ਪਾ ਕੇ ਪਹਿਲਾਂ ਸਭ ਤੋਂ ਪਹਿਲਾਂ ਭੁੰਨਣਾ ਹੈ ਅਸੀਂ। ਹੁਣ ਸਾਡੇ ਇਹਦਾ ਕਲਰ ਚੇਂਜ ਹੋ ਗਿਆ ਤੇਲ ਦਾ, ਇਹਦੇ 'ਚ ਮੈਂ ਜੀਰਾ ਪਾਉਂਗੀ ਪਰ ਜਦੋਂ ਜੀਰਾ ਪਾਉਣਾ ਅਸੀਂ ਥੋੜ੍ਹਾ ਜਿਹਾ ਮੱਠਾ ਕਰ ਦੇਣਾ ਨਹੀਂ ਤਾਂ ਸਾਡਾ ਜੀਰਾ ਸੜ ਜਾਊਗਾ। ਜੀਰਾ ਮੈਂ ਪਾਵਾਂਗੀ ਇੱਕ ਚਮਚ, ਲਾਲ ਹੋ ਗਿਆ। ਹੁਣ ਇਹਦੇ ਵਿੱਚ ਮੈਂ ਪਿਆਜ਼ ਪਾਵਾਂਗੀ, ਤੁਸੀਂ ਦੇਖੋਗੇ ਦੋ ਛੋਟੇ ਪਿਆਜ਼ ਨੇ ਕੱਟੇ ਅੱਗੇ ਅਤੇ ਇਹਨਾਂ ਨੂੰ ਉਨ੍ਹਾਂ ਤੱਕ ਭੁੰਨਣਾ ਹੈ ਜਿੰਨਾ ਤੱਕ ਇਹਦਾ ਕਲਰ ਲਾਲ ਹੋਵੇ ਅਤੇ ਪਿਆਜ਼ ਭੁੰਨਣੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਦਾਲ 'ਚ ਬਹੁਤ ਟੇਸਟ ਆਏਗਾ ਔਰ ਅੱਛੀ ਲੱਗੇਗੀ। ਹੁਣ ਦੇਖੋ ਅਸੀਂ ਪਿਆਜ਼ ਭੁੰਨ ਲਿਆ ਪਰ ਹਜੇ ਥੋੜ੍ਹਾ ਜਿਹਾ ਇਹਦਾ ਕਲਰ ਹੋਰ ਚੇਂਜ ਹੋਣਾ ਹੈ ਕਿਉਂਕਿ ਕੀ ਹੁੰਦਾ ਕਿ ਜਿਹੜੇ ਇੰਨਾ ਸਾਨੂੰ ਕੱਚੇ ਪਿਆਜ਼ ਦਾ ਟੇਸਟ ਆਉਂਦਾ ਹੈ ਅਤੇ ਥੋੜ੍ਹਾ ਜਿਹਾ ਹੋਰ ਨੂੰ ਹੋਰ ਭੁੰਨਣਾ ਹੈ ਥੋੜ੍ਹਾ ਮੀਡੀਅਮ ਤੋਂ ਸਾਡੇ ਪਿਆਜ਼ ਭੁੰਨ ਗਏ ਨੇ। ਹੁਣ ਮੈਂ ਜਿਹੜੇ ਦੋ ਟਮਾਟਰ ਛੋਟੇ ਛੋਟੇ ਕੱਟੇ ਉਹ ਪਾ ਰਹੀ ਹਾਂ ਅਤੇ ਟਮਾਟਰ ਵੀ ਭੁੰਨਿਆ ਨੇ ਇਹਦਾ ਬਹੁਤ ਹੀ ਵਧੀਆ ਟੇਸਟੀ ਬਣੇਗੀ ਦਾਲ ਟਮਾਟਰ ਦੇ ਕੁਆਂਟਿਟੀ ਵੱਧ ਜਾਂਦੀ ਹੈ ਜਿਹੜੇ ਟਮਾਟਰ ਪਾਏ ਆ ਹੁਣ ਇਹਨੂੰ ਜਦੋਂ ਤੱਕ ਕਰਨਾ ਜਿੱਦਾਂ ਜਿਹੜਾ ਪਾ ਲਏ ਜਿੱਦਾਂ ਜਿਹੜਾ ਤੇਲ ਹੈ ਸੈਪਰੇਟ ਹੋ ਜਾਏਗਾ। ਸਾਡੇ ਟਮਾਟਰ ਆਲ ਨੂੰ ਭੁੱਜ ਗਏ ਅਤੇ ਦੇਖੋ ਘਿਓ ਜਿਹੜਾ ਪਾਇਆ ਸੀ ਤੇਲ ਅਤੇ ਵਾਪਸ ਸੈਪਰੇਟ ਨਜ਼ਰ ਆ ਰਿਹਾ। ਹੁਣ ਇਹਨਾਂ 'ਚ ਸੁੱਕੇ ਮਸਾਲੇ ਪਾਵਾਂਗੇ। ਸਭ ਤੋਂ ਪਹਿਲਾਂ ਹਲਦੀ ਪਾਵਾਂਗੀ ਮੈਂ ਅੱਧਾ ਚਮਚ, ਧਨੀਆ ਪਾਊਡਰ ਪੂਰਾ ਇੱਕ ਚਮਚ। ਵੈਸੇ ਮੈਂ ਤਾਂ ਥੋੜ੍ਹੀ ਜਿਹੀ ਕਾਲੀ ਮਿਰਚ ਪਾਉਂਦੀ ਹਾਂ ਕਿ ਜਿਹੜੀ ਹਾਜ਼ਮੇ ਵਾਸਤੇ ਅੱਛੀ ਹੁੰਦੀ ਹੈ। ਅੱਧੇ ਚਮਚ ਥੋੜ੍ਹਾ ਪਾਉਣਾ ਹੁਣ ਸਾਡੇ ਘਰ ਬੱਚੇ ਨੇ ਉਸ ਕਰਕੇ ਅਸੀਂ ਮਿਰਚ ਥੋੜ੍ਹੀ ਘੱਟ ਪਾਉਂਦੇ ਜਿਵੇਂ ਹਰੀ ਮਿਰਚ ਵੀ ਮੈਂ ਲਾਸਟ ਵਿੱਚ ਹੀ ਪਾਉਣੀ ਹੈ ਬੱਚਿਆਂ ਲਈ ਕੱਢ ਕੇ। ਇਹ ਸੈਂਦਾ ਨਮਕ ਇਸ ਕਰਕੇ ਜ਼ਿਆਦਾ ਪੈਂਦਾ ਮੈਂ ਨਮਕ ਸਵਾਦ ਅਨੁਸਾਰ ਨਮਕ ਪਾਵਾਂਗੀ ਅਤੇ ਇਹਦੇ ਮਸਾਲੇ ਬਣਾਉਂਦੇ ਅਤੇ ਧਨੀਆ ਵੀ ਅਸੀਂ ਲਾਸਟ ਵਿੱਚ ਵੀ ਪਾਉਣਾ ਜਦੋਂ ਸਾਡੀ ਦਾਲ ਬਣ ਜਾਣੀ ਹੈ। ਭੁੱਜ ਗਿਆ, ਮੈਂ ਥੋੜ੍ਹਾ ਐਕਚੁਲੀ ਪਾਣੀ ਪਾਇਆ ਸੀ ਅਤੇ ਨਾਲ ਨਾ ਲੱਗੀ। ਬਹੁਤ ਅੱਛਾ ਮਸਾਲਾ ਭੁੱਜ ਗਿਆ ਸਾਡਾ। ਹੁਣ ਇਹਦੇ ਵਿੱਚ ਮੈਂ ਦਾਲ ਜਿਹੜੀ ਤਿਆਰ ਕੀਤੀ ਹੈ ਇਹਨੂੰ ਚੰਗੀ ਤਰ੍ਹਾਂ ਮੈਂ ਦੋ ਤਿੰਨ ਵਾਰੀ ਧੋ ਲਿਆ ਕਿਉਂਕਿ ਕਈ ਵਾਰੀ ਮਿੱਟੀ ਵਿੱਚ ਹੁੰਦੀ ਹੈ ਇਹਦੇ ਵਿੱਚ। ਮੈਂ ਪਾ ਲਵਾਂਗੀ ਵਿੱਚ ਕੁੱਕਰ 'ਚ ਸਾਰੀ ਦਾਲ। ਦਾਲ ਪਾ ਲਈ ਹੁਣ ਥੋੜ੍ਹਾ ਇੱਕ ਇਹਦਾ ਦਾਲ ਨੂੰ ਚੰਗੀ ਤਰ੍ਹਾਂ ਮੈਂ ਜਿਹੜਾ ਇਹ ਮਸਾਲਾ ਹੈਗਾ ਉਹ 'ਚ ਭੁੰਨਾਂਗੀ ਪਾਣੀ ਪਾਉਣ ਤੋਂ ਪਹਿਲਾਂ। ਦੇਖੋ ਕਿੰਨਾ ਉਹਦੇ ਕਲਰ ਆਇਆ ਹਲਦੀ ਰੰਗ ਆਇਆ। ਹੁਣ ਅਸੀਂ ਇੱਥੇ ਪਾਣੀ ਪਾਵਾਂਗੇ ਇੱਕ ਗਲਾਸ ਹੈ ਮੇਰਾ। ਮੈਂ ਇਹਨੂੰ ਐਕਚੁਅਲੀ ਤਾਂ ਪਤਲੀ ਦਾਲ ਹੋਣੀ ਚਾਹੀਦੀ ਹੈ ਜਿਵੇਂ ਸਾਡੀ ਹੈਲਥ ਕਰਨੀ ਹੁੰਦੀ, ਹਲਕੀ ਦਾਲ ਹੁੰਦੀ ਹੈ ਬਹੁਤ ਜ਼ਰੂਰੀ ਹੈ।
मैं आलमोस्ट 2.5 ग्लास पानी भी पाए है क्योंकि ये ही दाल भी ज़्यादा संघनी नहीं बनती, पतली दाल सू खानी भी अच्छी लगती, बच्चे भी अच्छी तरह खाते है। हम अ लास्ट में सा रह गया सुक्का मसाला, गर्म मसाला है वो एक चम्मच पाऊंगी, थोड़ा जहा ज़्यादा, थोड़ा जहा मैं धनिया पावगी, थोड़ा बचा देंगे जो तो बन जाएगा तो उत्ते डेकोरेशन करने वास्ते। देखो कलर कितना अच्छा लग रहा है, हम अभी यदि दो सीटियाँ बजा के इन लावे। कुकर हम बंद करता है तेज फ्लेम से, अभी हम दो सीटियाँ बनवागे तो ठंडा होने तक इन खोल के देखा कि साडा कहोजा बना मूंगी धोते की दाल। दाल सारी तैयार हो गई एक सीटी बच्चे ही, तो असं हम इन धनिया ना पा के होर थोड़ा ब्यूटीफुल बनावे सजावे कि देखने वाले का दिल होर लगे कि असी इनू फटाफट खाइए। तो एक गर्म गर्म चपातिया नाल असी सर्व करते हैं, यदि कंसिस्टेंसी भी अच्छी है जो तुम लगे इतने थोड़ा लगे कि पानी घट है तो अभी थोड़ा पानी पा सकते, बट बहुत अच्छी है। देखो तुम देख सकते स्मैल बहुत सोहनी आ रही, जो तुम नहीं महसूस कर सकते मैं कर सकती हाँ, पर फिर भी तुम घर बनाओगे तो हरजीत कौर जरूर याद कर लेना। मेरे प्यारे देखने वाले सारे दर्शकों को मेरी एक बड़ी बेनती है प्यार भरी कि मेरी पहली वीडियो है, पहली बार मैं वैसे तो घर बनाती रहनी हाँ पर मैं तुम्हें अज पहली बार शेयर की है, तो मैं चाहती कि तुम इन लाइक करो तो मेरी वो वीडियो मैं होर भी बना के तुम पेश करा। थैंक यू सो मच।